ਅੱਧੀ ਜ਼ਿੰਦਗੀ ਤਾਂ ਮੇਰੀ ਸ਼ਬਦਾਂ ਨੂੰ ਰਿਪੀਟ ਕਰਨ ਚ ਚਲੇਗੀ। ਬਾਕੀ ਵੀ ਸ਼ਬਦਾਂ ਨੂੰ ਰਿਪੀਟ ਕਰਨ ਤੇ ਜਾ ਰਹੀ ਆ। ਡਬਲ ਵਨ ਬੋਲਣਾ, ਇੱਕ ਵਨ ਤਾਂ ਬੋਲਿਆ ਨੀ ਜਾਂਦਾ, ਡਬਲ ਕਿੱਥੋਂ ਬੋਲਾ। ਹਰ ਵਕੀਲ ਮੁੜਛੀ ਰੱਖਣ ਨੂੰ ਫਿਰਦਾ, ਨਾ ਚੱਲਦਾ ਤੇਰੇ ਪੁੱਤ ਦਾ ਸੈਸ਼ਨ ਕੋਰਟ ਚ। ਬੰਸਲ ਸਾਹਿਬ ਤੁਹਾਡੀ ਭੈਣ ਦੀ, ਓਹੋ ਭੈਣ ਦੀ ਐਡਮਿਸ਼ਨ ਹੋ ਗਈ ਹੋਗੀ। ਕੁੱਛੜ ਨਿਆਣਾ ਚੁੱਕਿਆ, ਬੈਡਰੂਮ ਹਾਲ ਲੱਭਦੀ ਫਿਰਦੀ। ਘਰ ਵਾਲਾ ਕਿੱਥੇ ਤੇਰਾ? ਉਹ ਕੈਨੇਡਾ ਗਏ ਨੇ। ਤੂੰ ਨੀ ਗਈ? ਨਹੀਂ। ਮੂੰਹ ਹੈ ਤਾਂ ਕੈਨੇਡਾ ਜਾਣ ਵਾਲਾ। ਸਿਆਣੀ ਹੈ, ਪਿੰਡ ਰਹੂ, ਚੁੱਲਾ ਚੌਂਕਾ ਵਧੀਆ ਸਾਂਭੂ। ਮੈਨੂੰ ਤਾਂ ਠੀਕ ਲੱਗੀ। ਚੰਡੀਗੜ੍ਹ ਦੇ ਇੱਕ ਪ੍ਰਸਿੱਧ ਡਾਕਟਰ ਦੀ ਹੱਤਿਆ, ਚਾਰ ਕੁੜੀਆਂ ਗ੍ਰਿਫਤਾਰ। ਜਿਹੜੇ ਵੀ ਵਕੀਲ ਨੇ ਉਹਨਾਂ ਕੁੜੀਆਂ ਦੀ ਬੇਲ ਐਪਲੀਕੇਸ਼ਨ ਸਾਈਨ ਕਰਨ ਦੀ ਕੋਸ਼ਿਸ਼ ਕੀਤੀ, ਸਮਝੋ ਉਸ ਦਾ ਲਾਇਸੈਂਸ ਕੈਂਸਲ। ਤੂੰ ਕੁੜੀਆਂ ਤਾਂ ਲਾਇਰ ਤੇ ਨਹੀਂ ਹੈ, ਦਲਾਲ ਹੈ। ਤੈਨੂੰ ਮੇਰੀ ਪਾਵਰ ਦਾ ਅੰਦਾਜ਼ਾ ਨਹੀਂ ਹੈ। ਜਾਂ ਕੁੱਟ ਲਓ ਜਾਂ ਗੱਲਾਂ ਕਰ ਲਓ, ਐਦਾਂ ਮੇਰੀ ਕੁੱਟ ਖਾਣ ਦੀ ਕੰਸੈਂਟਰੇਸ਼ਨ ਖਰਾਬ ਹੋ ਜਾਂਦੀ ਹੈ। ਵਕੀਲ ਨਹੀਂ ਹੋਇਆ ਤਾਂ ਕੀ ਆ, ਇਹ ਕੰਮ ਆਦਮੀ ਆਪਣੀ ਬੇਗਨਾਹੀ ਸਾਬਤ ਨਹੀਂ ਕਰ ਸਕਦਾ। ਜੇ ਕੋਈ ਕੁੜੀ ਇੱਜ਼ਤ ਨਾਲ ਕੰਮ ਕਰਕੇ ਆਪਣਾ ਘਰ ਚਲਾਉਣਾ ਚਾਹੁੰਦੀ ਹੈ ਤਾਂ ਉਹਦਾ ਕੋਈ ਸਾਥ ਕਿਉਂ ਨਹੀਂ ਦਿੰਦਾ? ਇੱਜ਼ਤ ਕਰਨਾ, ਇੱਜ਼ਤ ਦੇ। ਜਿੰਨਾ ਮਾਪਿਆਂ ਨੇ ਕਦੀ ਆਪਣੀ ਧੀਆਂ ਤੇ ਬੁਰੀ ਨਜ਼ਰ ਨਹੀਂ ਪੈਣ ਦਿੱਤੀ, ਅੱਜ ਉਹਨਾਂ ਮਾਪਿਆਂ ਦੀ ਰੋਟੀ ਲਈ ਉਹਨਾਂ ਦੀ ਧੀਆਂ ਨੂੰ ਕਿੱਥੇ ਕਿੱਥੇ ਹੱਥ ਲਵਾਉਣੇ ਪੈਂਦੇ ਆ। ਜੋ ਇੱਕ ਨਹੀਂ ਤਿੰਨ ਤਿੰਨ ਮਰਦਾਂ ਨੂੰ ਆਪਣੇ ਨਾਲ ਲੈ ਕੇ ਗਈ, ਉਹ ਕੁੜੀ ਆਪਣੀ ਇੱਜ਼ਤ ਬਚਾਉਣ ਦੀ ਗੱਲ ਕਰ ਰਹੀ ਹੈ? ਇੱਥੇ ਕੋਈ ਵੀ ਕਿਸੇ ਨਾਲ ਅਟਰੈਕਟ ਹੋ ਕੇ ਉਹਦੇ ਨਾਲ ਧੱਕਾ ਕਰੇ, ਇਹ ਜੰਗਲ ਰਾਜ ਥੋੜੀ ਆ। ਜੇ ਤੇਰਾ ਉਹਦੇ ਨਾਲ ਭੈਣ ਭਰਾ ਦਾ ਰਿਸ਼ਤਾ ਨਹੀਂ ਸੀ ਤੇ ਕੀ ਰਿਸ਼ਤਾ ਸੀ? ਇਹਨੇ ਮੈਨੂੰ ਕਦੇ ਭੈਣ ਦੀ ਨਜ਼ਰ ਨਾਲ ਦੇਖਿਆ ਨਹੀਂ। ਮਿਲੋ, ਹਰ ਵਾਰੀ ਕੁੜੀਆਂ ਹੀ ਕਿਉਂ ਸ਼ਰਮ ਦੇ ਨਾਲ ਪਾਹ ਲੈਣ? ਇਹਨਾਂ ਮੁੰਡਿਆਂ ਨੂੰ ਵੀ ਤਾਂ ਸ਼ਰਮ ਆਉਣੀ ਚਾਹੀਦੀ ਹੈ ਨਾ। ਰੂਮ ਸ਼ੇਅਰ ਕੀਤਾ, ਇਹਦਾ ਮਤਲਬ ਇਹ ਨਹੀਂ ਕਿ ਬੈੱਡ ਵੀ ਸ਼ੇਅਰ ਕੀਤਾ। ਕਿਸੇ ਦਾ ਐਮਐਮਐਸ ਕੋਈ ਕਿਉਂ ਬਣਾਏਗਾ ਜੱਜ ਸਾਹਿਬ? ਚਲ ਪ੍ਰੂਫ ਕਰ, ਪ੍ਰੂਫ ਕਰਕੇ ਦਿਖਾ ਕਿ ਇਹ ਬੇਗੁਨਾਹ ਹੈ। ਔਰਤ ਤੇ ਮਰਦ ਦੇ ਰਿਸ਼ਤੇ ਨੂੰ ਇਨਸਾਨ ਪੈਦਾ ਕਰਨ ਦੀ ਬਖਸ਼ ਉਸ ਪਰਮਾਤਮਾ ਨੇ ਬਖਸ਼ੀ ਸੀ, ਪਰ ਹਵਸ ਨੇ ਔਰਤ ਤੇ ਮਰਦ ਦੇ ਰਿਸ਼ਤੇ ਦੀ ਪਵਿੱਤਰਤਾ ਨੂੰ ਖਤਮ ਕਰਤਾ। ਇਹ ਰਿਸ਼ਤਾ ਹਰ ਕਿਸੇ ਨਾਲ ਨਹੀਂ ਬਣਾਇਆ ਜਾ ਸਕਦਾ ਜੱਜ ਸਾਹਿਬ, ਤੇ ਧੱਕੇ ਨਾਲ ਤਾਂ ਕਦੇ ਵੀ ਨਹੀਂ। ਫੱਟੇ ਦਾਦੇ ਪੜਦਾਦਿਆਂ ਨੇ ਚੱਕਿਆ ਰਕਾਨੇ, ਇਹ ਤਾਂ ਚੱਲਦਾ ਹੱਕਾਂ ਮੇ ਅੱਖ ਦੇ ਇਸ਼ਾਰੇ ਨਾਲ, ਹੁੰਦਿਆਂ ਨੀ ਮਿੱਤਰਾਂ ਦਾ ਨਾਂ ਚੱਲਦਾ।